ਦਰਸ਼ਕੋ ਫੇਰ ਦੁਆਰ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਇਸ ਜੀ ਵਿੱਚ ਕੀ ਹਮਤ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 1916 ਚ ਗਦਰੀ ਆਗੂ ਭਾਈ ਈਸ਼ਰ ਸਿੰਘ ਢੁੱਡੀ ਕੋ ਨੂੰ ਫਾਂਸੀ ਦਿੱਤੀ ਗਈ ਜੀ 1927 ਚ ਬਾਬਾ ਖੜਕ ਸਿੰਘ ਜਿਨ੍ਹਾਂ ਨੂੰ ਕਦੇ ਸਿੱਖਾਂ ਦੇ ਬੇताज ਬਾਦਸ਼ਾਹ ਕਿਹਾ ਜਾਂਦਾ ਸੀ ਡੇਰਾ ਗਾਜ਼ੀ ਖਾਨ ਜੇਲ੍ਹ ਦੇ ਵਿੱਚ 5 ਸਾਲ ਦੀ ਕੈਦ ਤੋਂ ਬਾਅਦ ਅੱਜ ਦੇ ਦਿਨ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਔਰ ਖਾਸ ਕਰ ਜਿਹੜੀ ਇਹ ਸੁਨਾ ਦੀ ਜੇਲ੍ਹ ਯਾਤਰਾ ਦੀ ਹੈ ਕਿ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੇ ਜ਼ਬਰਦਸਤੀ ਸਿੱਖਾਂ ਦੀਆਂ ਦਸਤਾਰਾਂ ਲਾ ਲਈਆਂ ਕਿ ਜੀ ਤੁਸੀਂ ਜੇਲ੍ਹ 'ਚ ਨਹੀਂ ਬਣ ਸਕਦੇ ਔਰ ਜਦੋਂ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਨਾਲ ਵੀ ਇਹ ਸਲੂਕ ਹੋਇਆ ਉਹਨਾਂ ਨੇ ਸਾਰੇ ਕੱਪੜੇ ਸਰੀਰ ਦੇ ਕਸ਼ੇਰੇ ਤੋਂ ਬਿਨਾ ਦੇ ਦਿੱਤੇ ਔਰ ਉਹਨਾਂ ਨੇ ਕਿਹਾ ਵੀ ਮੈਂ ਜੇ ਮੇਰੇ ਸਿਰ ਤੇ ਦਸਤਾਰ ਨਹੀਂ ਮੈਂ ਕੋਈ ਕੱਪੜਾ ਨਹੀਂ ਪਾਵਾਂਗਾ ਔਰ ਠੰਡ ਦੇ ਵਿੱਚ ਕਿਉਂਕਿ ਉਹ ਅਫਗਾਨਿਸਤਾਨ ਦੇ ਨਾਲ ਲੱਗਦਾ ਇਲਾਕਾ ਹੈ ਉਹਨਾਂ ਨੇ 5 ਸਾਲ ਸਿਰਫ ਕਸ਼ਹਰੇ ਦੇ ਵਿੱਚ ਜਿਹੜੀ ਆ ਉਹ ਜੇਲ੍ਹ ਕੱਟੀ ਇਸ ਕਿਸਮ ਦੇ ਸਿਰੜੀ ਆਕਾਲੀ ਸਾਨੂੰ ਉਸ ਦੌਰ ਦੇ ਅੱਜ ਇਹ ਬਾਦਰ ਔਰੇ ਵਿਕੇ ਹੋਏ ਗद्दार ਇਹਨਾਂ ਦਾ ਹਾਲ ਦੇਖ ਲਓ ਜੀ 1984 ਚ ਜਿਵੇਂ ਅਸੀਂ ਦੱਸਿਆ ਵੀ ਖੱਲੂਕਾਰਾ 84 37 ਇਤਿਹਾਸ ਗੁਰਦੁਆਰੇ ਅੱਜ ਦਾ ਦਿਨ ਖੱਲੂਕਾਰਾ ਦਿਨ ਹੈ ਨਾਨਕਸ਼ਹੀ ਕੈਲੰਡਰ ਮੁਤਾਬਕ ਜੀ 1987 ਚ ਯੂ ਐਸ ਕਾਂਗਰਸ ਨੇ ਸਿੱਖ ਇਸ਼ੂਜ਼ ਨੂੰ ਡਿਸਕਸ ਕੀਤਾ 1994 وچ 12 ਕਾਂਗਰਸmen ਜਿਹੜੇ ਨੇ US ਕਾਂਗਰਸ ਦੇ ਉਹਨਾਂ ਨੇ ਇੱਕ ਲੈਟਰ ਲਿਖਿਆ ਕਿ ਬਫਰ ਸਟੇਟ ਖਾਲਸਤਾਨੀ ਸਾਊਥ ਏਸ਼ੀਆ ਦੇ ਵਿੱਚ ਪਰਮਨੈਂਟ ਪੀਸ ਦਾ ਹੱਲ ਹੈ ورلڈ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਅੱਜ ਦੇ ਦਿਨ ਅਮਰੀਕਨ ਸੰਵਿਧਾਨ ਜਿਹੜਾ ਲਾਗੂ ਹੋਇਆ ਬੇਸ਼ੱਕ 1776 ਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਪਰ ਆਲਮੋਸਟ ਇਸ ਗੱਲ ਨੂੰ 13 ਸਾਲ ਲੱਗੇ ਕਿ ਉਸ ਤੋਂ ਬਾਅਦ ਉਹਨਾਂ ਨੇ ਸੰਵਿਧਾਨ ਮੰਨੇ 1794 ਦੇ ਵਿੱਚ ਕਾਂਗਰਸ ਨੇ ਇੱਕ ਨਿਊਟਰੈਲਿਟੀ ਐਕਟ ਪਾਸ ਕੀਤਾ ਹੈ ਜਿਹਦੇ ਚ ਇਹ ਸੀ ਕਿ ਕੋਈ ਅਮਰੀਕਨ ਕਿਸੇ ਹੋਰ ਦੇਸ਼ ਦੀ ਫੌਜ ਦੇ ਵਿੱਚ ਸਰਵ ਨਹੀਂ ਕਰ ਸਕਦਾ ਐਜ਼ ਅ ਅਮਰੀਕਨ ਸਿਟੀਜ਼ਨ ਜੀ 1800 ਦੇ ਵਿੱਚ ਵਾਈਟ ਹਾਊਸ ਦੀ ਇਮਾਰਤ ਕੰਪਲੀਟ ਹੋਈ ਔਰ ਪਹਿਲਾ ਕਪਲ ਜਿਹੜਾ ਉਹਦੇ ਵਿੱਚ ਪ੍ਰੈਜ਼ੀਡੈਂਟ ਜான் ਐਡਮਸ ਔਰ ਫਰਸਟ ਲੇਡੀ ਜਿਹੜੀ ਹੈ ਮਿਸਜ਼ ਐਡਮ ਉਹਦੇ ਵਿੱਚ ਮੂਵ ਕੀਤੇ 1865 ਵਿੱਚ ਮੈਕਸਿਕੋ ਔਰ ਯੂਐਸ ਇੱਕ ਦੂਜੇ ਦੇ ਖਿਲਾਫ ਜੰਗ ਦੇ ਵਿੱਚ ਉਤਰੇ 1878 ਦੇ ਵਿੱਚ ਸਾਈਪਰਸ ਜਿਹੜਾ ਕਿ ਝਗੜੇ ਦਾ ਵਿਸ਼ਾ ਸੀ 터ਕੀ ਔਰ ਬ੍ਰਿਟਿਸ਼ ਦੇ ਵਿੱਚ ਉਹਨੂੰ ਬ੍ਰਿਟਨ ਨੇ ਐਡਮਿਨਿਸਟ੍ਰੇਸ਼ਨ ਪਰਪਸਸਿਸ ਤੇ ਲਈ ਲਿਆ ਜੀ 1896 ਦੇ ਵਿੱਚ ਹੈਨਰੀ ਨੇ ਆਪਣਾ ਜਿਹੜਾ ਫੋਰਡ ਗੱਡੀ ਜਿਹੜੀ ਪਹਿਲੀ ਆਈ ਕਿਉਂਕਿ ਉਹਨੂੰ ਫੋਰਡ ਕਹਿੰਦਾ ਨਹੀਂ ਹੈਨਰੀ ਫੋਰਡ ਜੋ ਡੈਟਰਾਇਟ ਦੀਆਂ ਗਲੀਆਂ ਦੇ ਵਿੱਚ ਚਲਾਈ 1896 1907 ਦੇ ਵਿੱਚ ਪਹਿਲਾ ਆਟੋਮੈਟਿਕ ਵਾਸ਼ਰ ਡਰਾਇਰ ਇੰਟਰੋਡਿਊਸ ਹੋਇਆ ਜੀ 1919 ਦੇ ਵਿੱਚ ਯੂਐਸ ਸੈਨੇਟ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕੀਤਾ ਜੀ ਚਰਚਲ ਨੇ 1940 ਦੇ ਵਿੱਚ ਕਿਹਾ ਸੀ ਔਰ ਅੱਜ ਇਹ ਕੋਟ ਸਾਡੇ ਲਈ ਵੀ ਉਨੀ ਕੁ ਰੈਲੇਵੈਂਟ ਹੈ ਉਹਨੇ ਕਿਹਾ ਸੀ ਵੀ ਸ਼ਲ ਫਾਈਟ ਔਨ ਦਾ ਸੀਜ਼ ਐਂਡ ਓਸ਼ियंस ਅਸੀਂ ਹਰ ਪਾਸੇ ਲੜਾਂਗੇ ਜੀ ਸਿੰਥੈਟਿਕ ਰਬਰ ਟਾਇਰ ਜਿਹੜੇ ਨੇ 1940 ਦੇ ਵਿੱਚ ਸਾਹਮਣੇ ਆਏ ਔਰ ਪ੍ਰੈਜ਼ੀਡੈਂਟ ਓਬਾਮਾ ਨੇ ਅੱਜ ਦੇ ਦਿਨ ਪੰਜ ਗਵਾਟਨਾਮਾ ਬੇਚੋਂ ਅਫਗਾਨ ਪ੍ਰਿਜ਼ਨਰ ਕੱਢ ਕੇ ਵਾਪਸ ਭੇਜੇ ਔਰ ਇੱਕ ਜਿਹੜਾ ਪ੍ਰਿਜ਼ਨਰ ਆਫ ਵਾਰ ਸੀ ਸਰਜੈਂਟ ਬੋਵੋ ਬਰਗਲਡੈਲ ਉਹਨੂੰ ਛਡਾਇਆ ਤੋ ਇਹ ਜ਼ੋਰਾਂ ਦੀ ਗੱਲ ਹੈ ਅਮਰੀਕਾ ਨਾਲ ਵੀ ਸਮਝੌਤਾ ਕਰਕੇ ਉਹਨਾਂ ਦੇ ਪੰਜ ਪ੍ਰਿਜ਼ਨਰ ਛੱਡ ਕੇ ਆਪਣਾ ਇੱਕ ਛਡਾਇਆ ਜੀ ਡਾਕਟਰ ਸਾਹਿਬ ਜਿਹੜਾ ਹੈ ਵਰਲਡ ਹਿਸਟਰੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਕਿਉਂਕਿ ਅਸੀਂ ਪਹਿਲਾਂ ਤਲੰਗ ਰਾਗ ਚ ਗੁਰੂ ਨਾਨਕ ਸਾਹਿਬ ਦੇ ਦੋ ਸ਼ਬਦ ਜਿਹੜੇ ਬਾਬਰ ਦੇ ਜ਼ੁਲਮਾਂ ਦੀ ਕਹਾਣੀ ਔਰ ਜੂਨ 84 ਦੇ ਕੱਲੂਕਾਰੇ ਨੂੰ ਇਹ 222 ਸਾਲ ਬਾਅਦ ਜੋ ਅਬਦਾਲੀ ਨੇ ਦਰਬਾਰ ਸਾਹਿਬ ਕੀਤਾ ਉਹਦੀ ਯਾਦਗਾਰਨੀ ਸੋ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਆਸਾ ਮਹੱਲਾ ਪਹਿਲਾ ਜੀ ਇਹ ਵੀ ਰਾਗੀ ਸਿੰਘ ਅਕਸਰ ਗਾਇਨ ਕਰਦੇ ਨੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨ ਆਇਆ ਕਰਤਾ ਤੂੰ ਸਬਨਾ ਕਾ ਸੋਈ ਜੇ ਸਕਤਾ ਸਖਤੇ ਕੋ ਮਾਰੇ ਤਾ ਮੰਰੂਸ ਨ ਹੋਈ ਸਖਤਾ ਸੀਹੋ ਮਾਰੇ ਪੈ ਵਗੈ ਖਸਮੈ ਸਾ ਪਰ ਸੋਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰ ਨਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੇ ਦਾਣੇ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣ ਜੀ ਸੋ ਜ਼ਾਹਰ ਹੈ ਕਿ ਇੱਕ ਪਾਸੇ ਤਰਾਸ ਦੀ ਜ਼ੁਲਮ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਉਸ ਦੀ ਕਹਾਣੀ ਹੈ ਪਰ ਤੁਰੰਦਰ ਨਿਰੰਕਾਰ ਦੀ ਜੋਤ ਗੁਰੂ ਨਾਨਕ ਸਾਹਿਬ ਦੇਖ ਰਹੇ ਨੇ ਕਿ ਇਹ ਵੀ ਇੱਕ ਵੱਡੀ ਹੁਕਮ ਦੀ ਖੇਡ ਹੈ ਜਿਸ ਹੁਕਮ ਦੇ ਵਿੱਚ ਇੱਕ ਮਰਨ ਵਾਲਾ ਹੈ ਇੱਕ ਮਾਰਨ ਵਾਲਾ ਹੈ ਫਿਰ ਜਿਹੜਾ ਮਾਰਨ ਵਾਲਾ ਉਸ ਨੂੰ ਮਾਰਨ ਵਾਲਾ ਕੋਈ ਹੋਰ ਆ ਜਾਂਦਾ ਹੈ ਇਹ ਨਿਰੰਕਾਰ ਦੀ ਖੇਡ ਹੈ ਇਸ ਲਈ ਗੁਰੂ ਸਾਹਿਬ ਨੇ ਬਿਗਨਿੰਗ ਦੇ ਵਿੱਚ ਜਿਨ੍ਹਾਂ ਦਾ ਰਾਜ ਸੀ ਪਠਾਣਾ ਦਾ ਉਹਨਾਂ ਦਾ ਵੀ ਜ਼ੁਲਮਾਂ ਦਾ ਪਿਆਲਾ ਲਬਰੇਸ ਸੀ ਜੀ ਉਹਨਾਂ ਨੂੰ ਸਜ਼ਾ ਦੇਣ ਲਈ ਮੁਗਲ ਆਏ ਬਾਬਰ ਦੇ ਥੱਲੇ ਤੇ ਫਿਰ ਉਹਨਾਂ ਨੂੰ ਸਜ਼ਾ ਦੇਣ ਲਈ ਮਰਦਕਾ ਚੇਲੇ ਹੋਰ ਵੀ ਨਿਕਲ ਆਏ ਜੋ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਕਿ ਕਾਬਲ ਤੋਂ ਨਿਕਲਿਆ ਬਾਬਰ ਖੁਰਾਸਾਨ ਤੋਂ ਉਹਨੇ ਅਟੈਕ ਕੀਤਾ ਉੱਥੇ ਉਹ ਕਾਮਯਾਬ ਨਹੀਂ ਹੋਇਆ ਤੇ ਹਿੰਦੁਸਤਾਨ ਨੂੰ ਆ ਕੇ ਉਹਨੇ ਡਰਾਇਆ ਮਤਲਬ ਡਰਾਉਣ ਦਾ ਮਤਲਬ ਹੈ ਗਿਗ ਫਿਰ ਬੈਦਾ ਕੀਤਾ ਫਿਰ ਉਹਨੂੰ ਜਿੱਤਿਆ ਵੀ ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਛੜਾਇਆ ਕਿ ਮੁਗਲ ਜੜੇ ਨੇ ਉਹ ਜਾਮ ਬਣ ਕੇ ਆਏ ਰੰਕਾਰ ਨੇ ਆਪਣੇ ਸਿਰ ਦੋਸ਼ ਨਹੀਂ ਲਿਆ ਔਰ ਫਿਰ ਜੋ ਲੋਕਾਈ ਨਾਲ ਹੋਇਆ ਈਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ ਔਰ ਨਾਲ ਹੀ ਗੁਰੂ ਸਾਹਿਬ ਨੇ ਰੰਕਾਰ ਨੂੰ ਇੱਕ ਪਿਆਰ ਭਰਿਆ ਸ਼ਿਕਵਾ ਨਿਉਰਾ ਜੇ ਸਾਨੂੰ ਸਮਝਾਣ ਦੀ ਗੱਲ ਕਰਤਾ ਤੂੰ ਸਬਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਹੈਨ ਰੰਕਾਰ ਤੂੰ ਸਾਰਿਆਂ ਦਾ ਮਾਲਕ ਹੈ ਜੇ ਦੋ ਪਾਵਰਫੁੱਲ ਸ਼ਕਤੀਵਾਨ ਆਪਸ ਦੇ ਵਿੱਚ ਭੜਦੇ ਨੇ ਇੱਕ ਸ਼ਕਤੀਵਾਨ ਦੂਜੇ ਨੂੰ ਮਾਰ ਦਿੰਦਾ ਤੇ ਫਿਰ ਇਸ ਗੱਲ ਦਾ ਰੋਸ ਨਹੀਂ ਹੁੰਦਾ ਕਿਉਂਕਿ ਦੋਨਾਂ ਚੋਂ ਇੱਕ ਨੇ ਤਾਂ ਜਿੱਤਣਾ ਪਰ ਸਖਤਾ ਸੀ ਮਾਰੇ ਪੈ ਵੱਗੈ ਖਸਮੈ ਸਾਹ ਪਰਸਾਈ ਕਿ ਜੇ ਇੱਕ ਤਾਕਤਵਰ ਸ਼ੇਰ ਦੀ ਨਿਆਈਂ ਭੇਡਾਂ ਦੇ ਜਿੜ ਦੇ ਉੱਤੇ ਆਮ ਜਨਤਾ ਦੇ ਉੱਤੇ ਟੁੱਟ ਪਏ ਤੇ ਫਿਰ ਜਿਹੜਾ ਉਸ ਜਨਤਾ ਦਾ ਮਾਲਕ ਹੈ ਜਿਹੜੇ ਰੂਲਿੰਗ ਪਾਵਰ ਹੈ ਉਹ ਜਵਾਬ ਦੇ ਕਿ ਉਹਨਾਂ ਨੇ ਕਿਉਂ ਨਹੀਂ ਮੁਕਾਬਲਾ ਕੀਤਾ ਜਾਂ ਉਹਨਾਂ ਨੇ ਕਿਉਂ ਨਹੀਂ ਉਹ ਸਾਰੇ ਨੂੰ ਜਿਹੜਾ ਉਹ ਉਸ ਦੇ ਲਈ ਜਿਹੜਾ ਉਹ ਖਲੋਤੇ ਔਰ ਇੱਥੇ ਗੁਰੂ ਸਾਹਿਬ ਨੇ ਆਪਣੀ ਧਰਤੀ ਉਹਨਾਂ ਲੋਕਾਂ ਦੀ ਪੀੜ ਨੂੰ ਜ਼ਾਰ ਕੀਤਾ ਕਿ ਇਹਨਾਂ ਹਮਲਾਵਰਾਂ ਨੇ ਰਤ ਰਤਨ ਵਿਗਾੜ ਵਿਗੋਏ ਕੁੱਤੀ ਕਿ ਇਹ ਜਿਹੜੀ ਰਤਨਾ ਵਰਗੀ ਧਰਤੀ ਸੀ ਜਿਹੜੀ ਉਸ ਨੂੰ ਇਹਨਾਂ ਕੁੱਤਿਆਂ ਨੇ ਜਿਹੜਾ ਉਹ ਵਿਗਾੜ ਦਿੱਤਾ ਮੋਇਆਂ ਸਾਰ ਨਾ ਕਾਇ ਚਾਰ ਚਫੇਰੇ ਲਾਸ਼ਾਂ ਨੇ ਮਰੇ ਪਏ ਨੇ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਫੇਰ ਉਹਨੇ ਕਿਹਾ ਵੀ ਇਹ ਰੰਕਾਰ ਦੀ ਕੋਈ ਖੇਡ ਆ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਿੜਾਈ ਤੇ ਤੇਰੀ ਵਿੜਾਈ ਹੈ ਤੂੰ ਜੋੜਦੇ ਤੂੰ ਵਿਛੋੜਦੇ ਨੇ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ ਫੇਰ ਮੁਗਲਾਂ ਵਾਲੇ ਸ਼ਾਰੇ ਕਿ ਜਿਹੜਾ ਕੋ ਆਪਣਾ ਵੱਡਾ ਨਾਮ ਮੀਰ ਬਣ ਕੇ ਆ ਗਿਆ ਬਾਬਰ ਆਪਣਾ ਵੱਡਾ ਨਾਮ ਰੱਖੇ ਸਾਧ ਕਰੇ ਮਨ ਪਾਣੇ ਆਪਣੀ ਮਨਮਰਜ਼ੀ ਦੇ ਉਹ ਗੱਲਾਂ ਕਰਦਾ ਸਵਾਦ ਲੈਂਦਾ ਖਸਮੇ ਨਦਰੀ ਕੀੜਾ ਆਵੇ ਇੰਦਾ ਐਂਡ ਇਹੋ ਜੇ ਧਰਤੀ ਦੇ ਕੀੜੇ ਨੇ ਵਰਮਸ ਨੇ ਜਿਤੇ ਚੁਗੇ ਦਾਣੇ ਜਿਵੇਂ ਕੀੜੇ ਵਰਮ ਜਿਹੜੇ ਨੇ ਧਰਤੀ ਦੇ ਉੱਤੇ ਦਾਣੇ ਚੁਗਦੇ ਨੇ ਇਵੇਂ ਰੰਕਾਰ ਦੀ ਨਗਾਹ 'ਚ ਇਹਨਾਂ ਦੀ ਜਿਹੜੀ ਔਕਾਤ ਹੈ ਉੱਤੇ ਕੁੱਤੇ ਕਿਆ ਫਿਰ ਇਹਨਾਂ ਨੂੰ ਕੀੜੇ ਕਿਆ ਕਿ ਇਸ ਕਿਸਮ ਦੇ ਲੋਕ ਨੇ ਮਾਰ-ਮਾਰ ਜਿਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਜਿ ਜਿਨੇ ਆਪਣੀ ਹੋਮੈ ਨੂੰ ਮਾਰ ਲਿਆ ਜਿਉਂਦਿਆਂ ਜਿਹੜਾ ਮਰ ਗਿਆ ਜਿਉਂਦਿਆਂ ਮਰਨਾ ਹੈ ਹੋਮੈ ਨੂੰ ਮਾਰਨਾ ਨਾਨਕ ਨਾਮ ਵਖਾਣੇ ਔਰ ਜਿਨ੍ਹਾਂ ਨੇ ਜਿਉਂਦਿਆਂ ਆਪਣੀ ਹੋਮੈ ਨੂੰ ਮਾਰਿਆ ਨਾਮ ਦੇ ਨਾਲ ਜੁੜੇ ਹੋਏ ਨੇ ਅਲਟੀਮੇਟਲੀ ਉਹੀ ਨਿਰੰਕਾਰ ਦੇ ਦਰਬਾਰ ਚ ਪਰਵਾਨ ਨੇ ਸੋ ਜੇ ਉਹਨਾਂ ਨੇ ਬਾਬਰ ਉਸਦੀ ਫੌਜ ਉਹਨਾਂ ਦੇ ਜ਼ੁਲਮਾਂ ਨੂੰ ਜਿਹੜਾ ਬੇਨਕਾਬ ਵੀ ਕੀਤਾ ਕੰਡੈਮ ਵੀ ਕੀਤਾ ਔਰ ਉਹਨਾਂ ਨੂੰ ਕੁੱਤੇ ਔਰ ਕੀੜੇ ਦੱਸਿਆ ਤੇ ਇਹੀ ਕੁਝ ਜੂਨ 84 ਦਾ ਘੱਲੂਕਾਰਾ ਵਰਤੋਂ ਵਾਲੀ ਜਿਹੜੀ ਇੰਦਰਾ ਗਾਂਧੀ ਔਰ ਉਹ ਸਾਰਾ ਸਿਸਟਮ ਸੀ ਉਹਨਾਂ ਨੇ ਵੀ ਕੁੱਤਿਆਂ ਦੇ ਨਿਆਈ ਬਿਹੇਵ ਕੀਤਾ ਕੁੱਤੇ ਨੇ ਜੀ ਔਰ ਅਲਟੀਮੇਟਲੀ ਉਸ ਦਾ ਹਸ਼ਰ ਵੀ ਉਸ ਕੁੱਤੇ ਦੀ ਤਰ੍ਹਾਂ ਹੋਇਆ ਜਿਵੇਂ ਜਿਹਨੂੰ ਸਾਡੇ ਪੰਜਾਬੀ ਚ ਕਹਿੰਦੇ ਨੇ ਜੀ ਕਿ ਕੁੱਤੇ ਦੀ ਮੌਤ ਮਰੇਗਾ। ਉਹ ਕੁੱਤੇ ਦੀ ਮੌਤ ਮਰੀ। ਔਰ ਕੀੜੇ ਨੇ ਆਈ ਨੇ ਕਿ ਭਾਈ ਇਹ ਸਾਰੇ ਜਿਹੜੇ ਨੇ ਇਨ ਦਾ ਐਂਡ ਇੱਥੇ ਵੀ ਜਿਹੜਾ ਇਹਨਾਂ ਨੂੰ ਖਾਲਸੇ ਨੇ ਖੁਆਰੀ ਦਿੱਤੀ ਔਰ ਅੱਗੇ ਅਲਟੀਮੇਟਲੀ ਰੰਕਾਰ ਦੀ ਦਰਗਾਹ ਚ ਵੀ ਇਹ ਕੁੱਤੇ ਔਰ ਕੀੜੇ ਦਾ ਰੁਤਬਾ ਹੀ ਰੱਖਣਗੇ ਇਸ ਤੋਂ ਵੱਧ ਕੇ ਕੁਝ ਨਹੀਂ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਦੇ ਨਾਲ ਆਪਣੇ ਈਵਰਜ਼ ਕੋਲ ਲੈਣੇ ਇਜਾਜ਼ਤ ਈਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s 84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਦੇਖਦੇ ਰਹੋ ਟੀਵੀ 84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ